ਹਾਂਜੀ, ਅੱਜ ਅਸੀਂ 8 ਮਾਰਚ ਕੌਮਾਂਤਰੀ ਇਸਤਰੀ ਦਿਵਸ ਤੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਸਤਰੀ ਵਿੰਗ ਵੱਲੋਂ, ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ, ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਇਸ ਵੇਲੇ ਰਾਜ ਕਰ ਰਹੀ ਹੈ, ਆਮ ਆਦਮੀ ਪਾਰਟੀ ਦੀ ਸਰਕਾਰ, ਇਹਨਾਂ ਨੇ ਵੋਟਾਂ ਤੋਂ ਪਹਿਲਾਂ ਸਾਡੀਆਂ ਬੀਬੀਆਂ ਨੂੰ ਲਾਰਾ ਲਾਇਆ। ਕਹਿੰਦੇ ਅਸੀਂ ਤੁਹਾਨੂੰ ਹਜ਼ਾਰ ਹਜ਼ਾਰ ਰੁਪਇਆ ਜਿਹੜਾ ਹਰ ਮਹੀਨੇ ਦਿਆ ਕਰਾਂਗੇ। ਅੱਜ 2 ਸਾਲ ਬੀਤ ਕੇ ਜਿਹੜਾ 24,000 ਰੁਪਇਆ ਬਣਦਾ, ਪਰ ਇਹਨਾਂ ਨੇ ਇੱਕ ਫੁੱਟੀ ਕੌਡੀ ਨਹੀਂ ਦਿੱਤੀ ਔਰਤਾਂ ਨੂੰ। ਦੂਜਾ ਜਿਹੜਾ ਇਹਨਾਂ ਨੇ ਕੀਤਾ ਹੈ ਕਿ ਰਾਸ਼ਨ ਦੇ ਨਾਮ ਤੇ ਇਹਨਾਂ ਨੇ ਕੀ ਕੀਤਾ ਕਿ 11 ਲੱਖ ਰਾਸ਼ਨ ਕਾਰਡ ਇਹਨਾਂ ਨੇ ਲੋਕਾਂ ਦਾ ਕੱਟਿਆ, ਤੇ ਉਹਨਾਂ ਨੂੰ ਤਾਂ ਬਹਾਲ ਕੀ ਕਰਨਾ ਸੀਗਾ। ਜਿਹੜਾ ਰਾਸ਼ਨ ਕਾਰਡ ਬਾਕੀ ਬਚਿਆ ਉਹ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਿਆ ਲੋਕਾਂ ਕੋਲ। ਕਣਕ ਉਹਨਾਂ ਨੂੰ ਪਹਿਲਾਂ ਦਾਲ ਪਹਿਲਾਂ ਹੀ ਨਹੀਂ ਮਿਲਦੀ ਸੀ, ਕਣਕ ਹੈ ਜਿਹੜੀ ਅੱਜ ਪਹਿਲਾਂ 30 ਸੀ, ਉਸ ਤੋਂ ਉਹਨਾਂ ਨੇ 15 ਕਰਤੀ, 15 ਤੋਂ ਅੱਜ ਇਹ 5 ਕਿਲੋ ਲਿਫਾਫੇ ਚ ਪਾ ਕੇ ਜਿਹੜਾ ਕਿਤੇ ਕਣਕ ਫੜਾਈ ਜਾਂਦੀ ਹੈ, ਕਿਤੇ ਆਟਾ, ਉਹ ਵੀ ਹਾਲੇ ਤੱਕ 10% ਲੋਕਾਂ ਕੋਲੇ ਪਹੁੰਚਿਆ, 90% ਕੋਲੇ ਉਹ ਵੀ ਨਹੀਂ ਪਹੁੰਚਿਆ, ਜਿਹੜੀ ਕਿ ਉਹਦੇ ਉਹ ਵੀ ਇੱਕ ਮਜ਼ਾਕ ਹੈ। ਦੂਜਾ ਇਹ ਕਹਿੰਦੇ ਬਿਜਲੀ ਦਾ ਬਿੱਲ 0 ਆਊਗਾ, 600 ਯੂਨਿਟ ਮਾਫ ਹੈ। ਇੱਥੇ ਹਜ਼ਾਰਾਂ ਬੀਬੀਆਂ ਅੱਜ ਪਹੁੰਚੀਆਂ ਜਿਨ੍ਹਾਂ ਦੇ ਬਿੱਲ, ਤੁਸੀਂ ਇਹ ਸੋਚੋ ਵੀ ਕਿਸੇ ਦਾ 20,000 ਹੈ, ਕਿਸੇ ਦਾ 50,000 ਹੈ, ਲੱਖਾਂ ਰੁਪਏ ਬਿੱਲ ਵਾਲੇ ਵੀ ਔਰਤਾਂ ਇੱਥੇ ਬੈਠੀਆਂ, ਇੰਨੇ ਇੰਨੇ ਬਿੱਲ ਲੋਕਾਂ ਨੂੰ ਆ ਗਏ, ਉਹ ਕਿਵੇਂ ਆਏ ਹੈਗੇ ਆ। ਅੱਗੇ ਜਿਹੜਾ ਬੀਬੀਆਂ ਨੂੰ ਸ਼ਗਨ ਸਕੀਮ ਦੇ ਸਾਡੀਆਂ ਬੱਚੀਆਂ ਨੂੰ ਪੈਸੇ ਮਿਲਦੇ ਸੀਗੇ, 6-6 ਸਾਲ ਹੋ ਗਏ ਉਹਨਾਂ ਦੇ ਵਿਆਹ ਹੋਇਆਂ ਨੂੰ, ਕੋਈ ਸ਼ਗਨ ਸਕੀਮ ਦਾ ਪੈਸਾ ਨਹੀਂ ਆਇਆ। ਜਿਹੜੀ ਪੰਜਾਬ ਦੇ ਵਿੱਚ ਔਰਤਾਂ ਦੀ ਸਿਕਿਉਰਿਟੀ ਹੈ ਜਾਂ ਆਮ ਲੋਕਾਂ ਦੀ ਸਿਕਿਉਰਿਟੀ ਹੈ, ਕੋਈ ਉਹ ਸਿਕਿਉਰਿਟੀ ਨਾਂ ਦੀ ਚੀਜ਼ ਨਹੀਂ। ਲਾਅ ਐਂਡ ਆਰਡਰ ਸਰਕਾਰ ਦਾ ਫੇਲ ਹੈ, ਔਰਤਾਂ ਨੂੰ ਜਿਹੜਾ ਸ਼ਰੇਆਮ ਕੰਨਾਂ ਦੀਆਂ ਵਾਲੀਆਂ ਪੱਟ ਲੈਂਦੇ ਆ, ਗਲ ਦੇ ਵਿੱਚੋਂ ਚੇਨਾਂ ਖਿੱਚ ਲੈਂਦੇ ਆ। ਸੋ ਇਸ ਤਰ੍ਹਾਂ ਦੇ ਹਾਲਾਤ ਹੈ ਪੰਜਾਬ ਦੇ ਵਿੱਚ ਵੀ, ਕੋਈ ਸੇਫ ਨਹੀਂ ਨਾ ਔਰਤਾਂ ਨਾ ਆਮ ਲੋਕ। ਸੋ ਅਸੀਂ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਵੋਮੈਨ ਡੇ ਦੇ ਉੱਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਮੁੱਖ ਮੰਤਰੀ ਜਿਹੜਾ ਵੱਲੋਂ ਬਿਆਨ ਦਿੱਤਾ ਗਿਆ ਵਿਧਾਨ ਸਭਾ ਚ, ਦੇਖੋ ਜੀ, ਜਿਹੜਾ ਮੁੱਖ ਮੰਤਰੀ ਸਾਹਿਬ ਨੇ ਬਿਆਨ ਦਿੱਤਾ, ਪਹਿਲੀ ਗੱਲ ਤਾਂ ਇਹ ਦੇਖੋ ਵੀ ਸਾਡੇ ਮੂੰਹ ਚ ਤਾਂ ਹਾਲੇ ਵੀ ਉਹਨਾਂ ਨੂੰ ਸਾਹ ਵੀ ਨਿਕਲ ਰਿਹਾ ਹੈਗਾ, ਪਰ ਉਹਨਾਂ ਨੇ ਜਿਹੜਾ ਮਰਿਆਦਾ ਨਹੀਂ ਰੱਖੀ ਹੈਗੀ ਮੁੱਖ ਮੰਤਰੀ ਦੇ ਅਹੁਦੇ ਦੀ। ਪਹਿਲਾਂ ਜਦੋਂ ਵਿਰੋਧੀ ਧਿਰ ਚ ਵੀ ਹੁੰਦੇ ਸੀਗੇ, ਸਾਨੂੰ ਤਾਂ ਉਦੋਂ ਹੀ ਦੇਖ ਲੈਣੇ ਚਾਹੀਦੇ ਸੀ ਵੀ ਇਹਨਾਂ ਦੇ ਲੱਛਣ ਕੀ ਹੈਗੇ ਆ। ਸਟੇਜ ਤੇ ਖੜ ਕੇ ਜਦੋਂ ਇਹ ਵਿਰੋਧੀ ਸੀ, ਸਰਕਾਰ ਦੇ ਵਿੱਚ ਪਾਰਟੀਆਂ ਸੀ, ਇਹ ਉਹਨਾਂ ਦੀਆਂ ਔਰਤਾਂ ਨੂੰ ਵੀ ਗਲਤ ਲਫ਼ਜ਼ਾਂ ਨਾਲ ਸੰਬੋਧਨ ਕਰਦੇ ਸੀਗੇ, ਤੇ ਆਪਾਂ ਲੋਕਾਂ ਤੋਂ ਉਦੋਂ ਹੀ ਗਲਤੀ ਹੋ ਗਈ ਕਿ ਅਸੀਂ ਇਹਨਾਂ ਨੂੰ ਪਛਾਣਿਆ ਨਹੀਂ। ਉਹੀ ਜਿਹੜੀਆਂ ਇਹਨਾਂ ਦੇ ਲੱਛਣ ਵਿਧਾਨ ਸਭਾ ਦੇ ਵਿੱਚ ਜਾ ਕੇ ਹੈਗੇ ਆ ਕਿ ਵਿਰੋਧੀ ਧਿਰ ਨੂੰ ਤੁਸੀਂ ਇੱਦਾਂ ਉੱਥੇ ਖੜ ਕੇ ਉਹਨਾਂ ਵੱਲ ਆਨੇ ਕੱਢ ਰਹੇ ਹੋ, ਤੇ ਇਹ ਕਹਿ ਰਹੇ ਹੋ ਕਿ ਅਸੀਂ ਵਿਧਾਨ ਸਭਾ ਨੂੰ ਤਾਲਾ ਲਾਵਾਂਗੇ। ਤੇ ਸਭ ਤੋਂ ਘਟੀਆ ਗੱਲ ਜਿਹੜੀ ਉਹਨਾਂ ਨੇ ਉੱਥੇ ਕਹੀ ਹੈ ਕਿ ਅਸੀਂ ਜਿਹੜਾ ਵਿਰੋਧੀ ਧਿਰ ਦੀ ਕਹਿੰਦੇ ਜ਼ਬਾਨ ਤੇ ਵੀ ਤਾਲਾ ਲਾ ਦਿਓ, ਸਪੀਕਰ ਸਾਹਿਬ ਇਹਨਾਂ ਦੀ ਜ਼ਬਾਨ ਤੇ ਵੀ ਤਾਲਾ ਲਾ ਦਿਓ। ਦੇਖੋ ਵੀ ਇਹ ਡੈਮੋਕ੍ਰੇਸੀ ਹੈ, ਠੀਕ ਹੈ, ਡੈਮੋਕ੍ਰੇਸੀ ਦੇ ਵਿੱਚ ਤੁਸੀਂ ਵਿਰੋਧੀ ਧਿਰ ਦੀ ਜ਼ਬਾਨ ਤੇ ਤਾਲਾ ਕਿਵੇਂ ਲਾ ਸਕਦੇ ਹੋ? ਤੁਸੀਂ ਕਿਉਂ ਲੋਕਾਂ ਦੇ ਮੁੱਦੇ ਵਿਰੋਧੀ ਧਿਰ ਨਹੀਂ ਚੱਕੂ ਤਾਂ ਕੌਣ ਚੁੱਕੂਗੀ? ਸੋ ਇਹ ਬਹੁਤ ਉਹਨਾਂ ਦੇ ਸਿਰ ਨੂੰ ਨਾ ਜਿਵੇਂ ਬੰਦੇ ਦੇ ਨਸ਼ਾ ਚੜ ਜਾਂਦਾ, ਸੱਤਾ ਦਾ ਹੰਕਾਰ ਚੜਿਆ ਹੋਇਆ, ਨਸ਼ਾ ਤਾਂ ਵੈਸੇ ਵੀ ਉਹਨਾਂ ਦੇ ਰਗ ਰਗ ਦੇ ਵਿੱਚ ਹੈਗਾ, ਹੁਣ ਦੁੱਗਣਾ ਹੋ ਗਿਆ। ਕਿਸਾਨੀ ਸੰਘਰਸ਼ ਨੂੰ ਕਿਵੇਂ ਦੇਖਦੇ? ਸਰਕਾਰ ਨੂੰ ਕਹਿੰਦੇ ਸੀ ਮਾਮਲਾ ਦਰਜ ਕਰਨਾ ਚਾਹੀਦਾ ਹਰਿਆਣੇ ਦੇ ਖਿਲਾਫ। ਜਿਹੜਾ ਕਿਸਾਨੀ ਸੰਘਰਸ਼ ਹੈਗਾ ਜੀ, ਇਹਦੇ ਚ ਦੇਖੋ ਵੀ ਪੰਜਾਬ ਦੀ ਸਰਕਾਰ ਨੇ ਜਿਵੇਂ ਆਪਦੇ ਗੱਲ ਤੋਂ ਗਲਾਵਾਂ ਹੀ ਲਾ ਦਿੱਤਾ ਹੋਵੇ ਵੀ ਠੀਕ ਹੈ ਵੀ ਇਹ ਸਾਡੇ ਕਿਸਾਨ ਹੀ ਨਹੀਂ ਹੈਗੇ, ਉਹਨਾਂ ਨੂੰ ਤੁਸੀਂ ਦੂਜਿਆਂ ਦੇ ਰਹਿਮੋ ਕਰਮ ਤੇ ਛੱਡਤਾ। ਹਰਿਆਣੇ ਦੀ ਪੁਲਿਸ ਜਿਹੜੀ ਸਾਡੇ ਅੰਦਰ ਆ ਕੇ ਗੋਲੀ ਮਾਰ ਦਿੰਦੀ ਹੈ, ਠੀਕ ਹੈ, ਸਾਡਾ ਬੱਚਾ ਮਾਰਿਆ ਜਾਂਦਾ, ਸਾਡੇ ਕਿਸਾਨਾਂ ਤੇ ਤਸ਼ੱਦਦ ਹੁੰਦਾ, ਤੇ ਉਹੀ ਭਗਵੰਤ ਮਾਨ ਆ ਜਿਹੜਾ ਕਹਿੰਦਾ ਸੀ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ, ਤੇ ਅੱਜ ਇਹਨਾਂ ਨੇ ਉਹੀ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕਰਤਾ। ਕਿਸਾਨ ਲਵਾਰਸ ਹੈ, ਸਾਰਾ ਪੰਜਾਬ ਲਵਾਰਸ ਹੈ। ਅੱਜ ਕਿੰਨੀ ਦੇਰ ਚੱਲੇਗਾ ਪ੍ਰਦਰਸ਼ਨ?
ਦੇਖੋ ਜੀ, ਅਸੀਂ ਹਾਲੇ ਤਾਂ ਸ਼ੁਰੂ ਕਰ ਰਹੇ ਹੈਗੇ, ਜਿੰਨੀ ਦੇਰ ਅਸੀਂ ਆਪਦੀ ਗੱਲਬਾਤ ਕਰਾਂਗੇ ਇਹਨੂੰ ਚੱਲਦਾ ਰਹੂਗਾ। ਸਾਡਾ 3 ਵਜੇ ਤੱਕ ਤਾਂ ਘੱਟੋ ਘੱਟ ਹੈਗਾ ਹੀ ਆ। ਮੈਂ ਤੁਹਾਨੂੰ ਇਹ ਕਹਿਣੀ ਹੈ ਵੀ ਇਹਨਾਂ ਨੂੰ ਅਗਲੇ ਵਾਰੀ ਗਲੀਆਂ 'ਚ ਜਾਣ ਦੀ ਲੋੜ ਨਹੀਂ ਹੈਗੀ, ਲੋਕ ਛਿੱਤਰ ਤਿਆਰ ਰੱਖੀ ਬੈਠੇ ਇਹਨਾਂ ਵਾਸਤੇ। ਕੀ ਨਾਮ ਹੈ? ਮੈਂ ਜਸਵਿੰਦਰ ਕੌਰ ਸ਼ੇਰਗਿੱਲ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਇਸਤਰੀ ਅਕਾਲੀ ਦਲ ਪੰਜਾਬ। ਦੇਖੋ, ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਨੇ ਅੱਜ ਤੱਕ ਇੱਕ ਵੀ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ, ਨਾ ਗਰੀਬਾਂ ਨਾਲ, ਨਾ ਕੋਈ ਬਿਜਲੀ ਵਾਲਾ। 93,000 ਅਸੀਂ ਗਰਾਊਂਡ ਲੈਵਲ 'ਤੇ ਜਾ ਕੇ ਦੇਖਿਆ, 90-90, 70-70 ਹਜ਼ਾਰ ਲੋਕ ਬਿੱਲ ਚੱਕੀ ਫਿਰਦੇ ਨੇ, ਅਤੇ ਇਹਨਾਂ ਲੋਕਾਂ ਨੂੰ ਬਿੱਲ, ਗਰੀਬੀ ਨੂੰ ਇੰਨੀ ਜ਼ਿਆਦਾ ਮਾਰ ਪੈ ਰਹੀ ਹੈ। ਜਿੱਥੇ ਕਣਕ, ਦਾਲ, ਆਟਾ ਪਿਛਲੀਆਂ ਸਰਕਾਰਾਂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰ ਨੇ ਚਲਾਇਆ ਸੀ, ਉਹ ਵੀ ਬੰਦ ਕਰ ਦਿੱਤਾ ਗਿਆ। ਸਭ ਤੋਂ ਵੱਡਾ ਧੋਖਾ, ਸਭ ਤੋਂ ਜ਼ਿਆਦਾ ਵੋਟ ਔਰਤਾਂ ਦੀ ਪਈ ਸੀ। ਅੱਜ ਕੌਮਾਂਤਰੀ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ, ਅਤੇ ਸ਼ਰਮ ਦੀ ਗੱਲ ਹੈ ਸਰਕਾਰ ਲਈ ਕਿ ਅੱਜ ਉਹ ਔਰਤਾਂ ਜਿਨ੍ਹਾਂ ਨੂੰ ਜਗਤ ਜਨਨੀ ਕਹਿ ਕੇ ਜਾਣਿਆ ਜਾਂਦਾ, ਅੱਜ ਉਹ ਧਰਨੇ 'ਤੇ ਬੈਠੀਆਂ ਨੇ, ਆਪਣੇ ਜਿਹੜਾ ਹਜ਼ਾਰ ਰੁਪਏ ਦਾ ਕੀਤਾ ਵਾਅਦਾ ਉਸ ਨੂੰ ਲੈਣ ਵਾਸਤੇ, ਕਿ ਸਾਡਾ ਉਹ ਹਜ਼ਾਰ ਰੁਪਏ ਦਾ ਵਾਅਦਾ ਕਰਕੇ ਜੋ ਔਰਤਾਂ ਦਾ ਤੁਸੀਂ ਸਰਕਾਰ ਬਣਾਈ ਆ, ਉਹ ਅੱਜ ਅਸੀਂ ਆਪਦਾ ਹੱਕ ਤੁਹਾਡੇ ਤੋਂ ਮੰਗਦੇ ਹਾਂ ਜੀ। ਕਿੰਨੀ ਦੇਰ ਚੱਲੇਗਾ ਤੁਹਾਡਾ ਪ੍ਰਦਰਸ਼ਨ? ਦੇਖੋ, ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਉਦੋਂ ਤੱਕ ਅਸੀਂ ਧਰਨੇ ਇਸੇ ਤਰ੍ਹਾਂ ਲਾਉਂਦੇ ਰਵਾਂਗੇ। ਦੇਖੋ ਜੀ, ਪਹਿਲਾਂ ਤਾਂ ਅੱਜ ਸਾਡਾ ਡਿਪਟੀ ਦਿਨ ਹੈ, ਦਿਹਾੜਾ, ਅੱਜ ਜਿਹੜਾ ਔਰਤਾਂ ਦਾ ਇਸਤਰੀ ਬਿੱਲ ਸਮਾਪਨਾ ਹੈ, ਅੱਜ ਸਾਰੀਆਂ ਇੱਥੇ ਹੋਮ ਆ ਕੇ ਇਕੱਠੀਆਂ ਹੋਈਆਂ ਨੇ, ਜੋ ਕਿ ਸਾਡੀਆਂ ਮੰਗਾਂ ਨੇ ਅੱਜ, ਜੋ ਕਿ ਸਾਡੀ ਪੰਜਾਬ ਦੀ ਪ੍ਰਧਾਨ ਬੀਬੀ ਹਰਗੋਬਿੰਦ, ਬੀਬੀ ਹਰਸਿਮਰ ਕੌਰ ਬਾਦਲ, ਉਹਨਾਂ ਦੀ ਗਵਾਹੀ ਦੇ ਵੇਟ ਅਸੀਂ ਸਾਰੀਆਂ ਹੋਮ ਹਮਾ ਕੇ ਅੱਜ ਅਸੀਂ ਇੱਥੇ ਇਕੱਠੀਆਂ ਹੋਈਆਂ। ਜੋ ਸਾਡੀਆਂ ਮੰਗਾਂ ਨੇ ਅਸੀਂ ਉਹ ਅੱਜ ਮੰਗਾਂ ਮੰਗ ਰਹੇ ਹਾਂ। ਜਿੰਨਾ ਚਿਰ ਧਰਨਾ ਲੱਗੂਗਾ ਅਸੀਂ ਧਰਨੇ ਦੇ ਵਿੱਚ ਬੈਠੇ ਰਹਾਂਗੇ। ਦੇਖੋ ਜੀ, ਮੰਗਾਂ ਤਾਂ ਲੰਬੇ ਸਮੇਂ ਤੋਂ, ਜੋ ਕਿ ਸਾਡੀ ਬੀਬੀ ਹਰਗੋਬਿੰਦ ਜੀ ਪ੍ਰਧਾਨ ਜੀ ਨੇ, ਇਹਨਾਂ ਨੇ ਮੰਗਾਂ ਤਾਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਮੰਗ ਰਹੇ ਨੇਗੇ। ਕਿਉਂ, ਜੇ ਇਹਨਾਂ ਨੇ ਮੰਗਾਂ ਨਾ ਸਾਡੀਆਂ ਅੱਜ ਪੂਰੀਆਂ ਕੀਤੀਆਂ, ਜਾਂ ਇਹਨਾਂ ਨੇ ਕੋਈ ਵੀ ਸਾਡੀ ਮੰਗ, ਜੋ ਕਿਸਾਨਾਂ ਦੀ, ਹਰੇਕ ਦੀ ਜਿੰਨੀਆਂ ਮੰਗਾਂ ਅਸੀਂ ਮੰਗ ਰਹੇ ਹਾਂ, ਜੋ ਉਹ ਪੂਰੀਆਂ ਨਾ ਕੀਤੀਆਂ, ਸਾਡਾ ਧਰਨਾ ਇੱਦਾਂ ਹੀ ਜਾਰੀ ਰਹੂਗਾ। ਨਹੀਂ, ਵਿਕਾਸ ਦੀ ਗੱਲ ਤਾਂ ਕੀ ਹੈ, ਇੱਕੋ ਹੀ ਵਿਕਾਸ ਕੀਤਾ ਜੀ, ਹੋਰ ਤਾਂ ਸਾਰਾ ਭਗਵੰਤ ਮਾਨ ਦੀ ਤਾਂ ਗੱਲ ਛੱਡੋ ਜੀ, ਜਿਹੜਾ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ, ਉਹਨਾਂ ਨੇ ਇੱਕੋ ਹੀ ਕੰਮ ਚੰਗਾ ਕੀਤਾ, ਉਹਨਾਂ ਨੇ ਉਹੀ ਕੰਮ ਚੰਗਾ ਕੀਤਾ ਜੋ ਕਿ ਉਹਨਾਂ ਨੇ ਆਪਣੀ ਮੈਰਿਜ ਕਰਵਾਈ ਹੈ, ਹੋਰ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਕੰਮ ਚੰਗਾ ਨਹੀਂ ਕੀਤਾ। ਸੁਰੱਖਿਆ ਨੂੰ ਲੈ ਕੇ ਕਿਹਾ ਜਾਂਦਾ ਸੀ ਵੀ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਵੀ ਇਹ ਬਹੁਤ ਵੱਡੀ ਸੁਰੱਖਿਆ ਲਈ ਫਿਰਦੇ ਆ, ਹੁਣ ਇਹ ਖੁਦ ਲਈ ਫਿਰਦੇ, ਕਿਵੇਂ ਦੇਖਦੇ? ਦੇਖੋ, ਅਕਾਲੀ ਦਲ ਸਰਕਾਰ ਦੀ, ਦੇਖੋ ਕੌਣ ਰੀਸ ਕਰ ਲੂਗਾ ਜੀ, ਕਾਂਗਰਸ ਨੇ ਵੀ ਰੀਸ ਨਹੀਂ ਕਰ ਸਕਦੀ, ਆਮ ਪਾਰਟੀ ਤੁਸੀਂ ਦੇਖ ਹੀ ਲਿਆ ਜੀ, ਤੁਸੀਂ ਆਪ ਸਾਰੇ ਜਾਣੀ ਜਾਣੋ ਕਿ ਸਾਡੇ ਤੋਂ ਤਾਂ ਤੁਸੀਂ ਨਾ ਹੀ ਬੁਲਾਓ, ਤੁਸੀਂ ਵੇਖ ਹੀ ਰਹੇ ਹੋ ਵੀ ਕਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਹੋ ਰਹੇ ਨੇ। ਸਾਡੇ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਜਾ ਰਹੀ ਹੈ, ਜਿੱਥੇ ਧਰਨਾ ਲੱਗਾ ਸੀ ਠੀਕਰੀ ਬਾਰਡਰ ਤੇ ਲਾ ਲਓ, ਤੁਸੀਂ ਖਨੌਰੀ ਲਾ ਲਓ, ਸਾਡਾ ਨੌਜਵਾਨ ਬੱਚਾ ਜਿਹੜਾ ਇਸ ਹਲਕੇ ਦਾ ਵਿੱਚ ਜਿਹੜਾ ਉਹਦੀ ਡੈਥ ਕੀਤੀ ਗਈ, ਹੋਰ ਵੀ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਬਜ਼ੁਰਗ, ਉਹਨਾਂ ਦਾ ਵੀ ਦੇਖੋ ਗੋਲੀਆਂ ਮਾਰ ਕੇ ਇਹਦੇ ਉੱਤੇ ਹੋਰ ਕੀ ਕਰਨਗੇ ਜੀ। ਨੂੰ ਕਿਸਾਨ ਯੂਨੀਅਨ ਦਾ ਕਹਿਣਾ ਮਾਮਲਾ ਦਰਜ ਕਰਨਾ ਚਾਹੀਦਾ ਸੀ ਹਰਿਆਣੇ ਵੱਲੋਂ ਆਪਣੇ ਸੂਬੇ ਵਿੱਚ ਜਿਹੜੀ ਫਾਇਰਿੰਗ ਕੀਤੀ? ਦੇਖੋ ਜੀ, ਬਿਲਕੁਲ ਉਹ ਤਾਂ ਸਿਆਮ ਸਾਹਮਣੇ ਦਿਖ ਰਿਹਾ, ਆਪਣੇ ਪੰਜਾਬ ਦੇ ਖਨੌਰੀ ਤੋਂ ਲੱਗ ਕੇ ਅੰਦਰ ਐਂਟਰ ਹੋ ਕੇ ਉਹਨਾਂ ਨੇ ਜਿਹੜੀਆਂ ਗੋਲੀਆਂ ਦੀ ਵਰਸਾ ਕੀਤੀ ਹੈ ਉਹ ਬਹੁਤ ਗਲਤ ਕੀਤੀ ਹੈ। ਸਾਰਿਆਂ ਦੀ ਮੰਗ ਇਹੀ ਹੈ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਟਰਾਲੀਆਂ ਦੇ ਵਿੱਚ ਗੋਲੀਆਂ ਮਾਰੀਆਂ, ਟਰਾਲੀਆਂ ਦੇਖੋ, ਟਰੈਕਟਰਾਂ ਦਾ ਬੁਰਾ ਹਾਲ ਕੀਤਾ ਗਿਆ, ਕਿਸਾਨਾਂ ਦਾ ਬਹੁਤ ਬੁਰਾ ਹਾਲ ਹੈ ਜੀ। ਐਮਐਸਪੀ ਨੂੰ ਲੈ ਕੇ ਰੌਲਾ ਪੈ ਰਿਹਾ, ਤੇ ਪਹਿਲਾਂ ਜਿਹੜੀ ਗਗਨ ਮਾਨ ਆ, ਅਨਮੋਲ ਗਗਨ ਮਾਨ ਆ, ਉਹਦੇ ਵੱਲੋਂ ਕਿਹਾ ਗਿਆ ਸੀ 5 ਮਿੰਟਾਂ 'ਚ ਅਸੀਂ। ਦੇਖੋ, ਉਹ ਤਾਂ ਚੁਟਕੀ ਵਜਾ ਕੇ ਆਪਣਾ ਜਿਹੜੀਆਂ ਵੋਟਾਂ ਲੈਣੀਆਂ ਸੀ ਲੈ ਗਈ,
ਪਰ ਮੈਂ ਹੁਣ ਉਹਨੂੰ ਪੁੱਛਣਾ ਚਾਹੁੰਦੀ ਹਾਂ ਵੀ ਉਹੀ ਚੁਟਕੀ ਦੇ ਵਿੱਚ ਜਿਹੜੀ ਤੂੰ ਕਹਿੰਦੀ ਸੀ ਵੀ ਅਸੀਂ ਸ਼ਾਮ ਨੂੰ ਸਾਨੂੰ ਜਿਹੜਾ ਕੈਪਟਨ ਜੀ ਹੈ ਅਸਤੀਫਾ ਦੇਵੇ, ਅਸੀਂ ਸ਼ਾਮ ਨੂੰ ਇੰਜ ਚੁਟਕੇ ਵਜਾਉਂਦੀ ਸੀ ਵੀ ਅੱਜ ਉਹਦੀ ਚੁਟਕੀ ਕਿੱਥੇ ਗਈ ਹੈ? ਸਿਰਫ ਬੋਲਣ ਜੋਗੇ ਸੀਗੇ, ਕੁਛ ਨਹੀਂ ਪੰਜਾਬ ਦੇ ਵਾਸਤੇ ਕੁਛ ਨਹੀਂ ਇਹਨਾਂ ਨੇ ਕੀਤਾ। ਵਿਧਾਨ ਸਭਾ ਵਿੱਚ ਬੜਾ ਰੌਲਾ ਪਿਆ, ਮੁੱਖ ਮੰਤਰੀ ਵੱਲੋਂ ਜਿਹੜੀ ਭਾਸ਼ਾ ਵਰਤੀ ਗਈ ਉਹਨੂੰ ਕਿਵੇਂ ਦੇਖੋ? ਦੇਖੋ ਜੀ, ਮੈਂ ਇੱਕੋ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ, ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੌਣ ਰੀਸ ਕਰ ਲੂਗਾ ਜੀ? ਕਿੰਨੇ ਪੰਜ ਵਾਂਗੂ ਮੁੱਖ ਮੰਤਰੀ ਰਹੇ ਨੇ, ਸੈਂਟਰ ਦੇ ਵਿੱਚ ਵੀ ਉਹਨਾਂ ਦੀ ਬੋਲਣ ਬਾਣੀ ਦੇਖ ਲਓ ਤੁਸੀਂ ਕਿੰਨੇ। ਇਹ ਤਾਂ ਤਾੜੀਆਂ ਵਜਾ ਕੇ ਤਾੜੀਆਂ, ਡਮਰੂ ਵਜਾ ਕੇ, ਇਹਦੇ ਕੋਲ ਤਾਂ ਹੋਰ ਕੋਈ ਕੰਮ ਨਹੀਂ, ਤਾੜੀਆਂ ਵਜਾ ਕੇ ਇਹ ਗੱਲਾਂ ਕਰਦਾ, ਇਹ ਚੈਲੰਜ ਕਰਦਾ ਸੀਗਾ ਸਾਹਮਣੇ, ਜਵਾਬ ਆਪ ਬੋਲੀ ਤੁਰੀ ਜਾਂਦਾ ਸੀ, ਦੂਜਿਆਂ ਨੂੰ ਬੋਲਣ ਹੀ ਨਹੀਂ ਦਿੰਦਾ। ਇਹ ਕੋਈ ਮੁੱਖ ਮੰਤਰੀ ਦੇ ਕੰਮ ਥੋੜਾ ਨੇ ਉੱਥੇ, ਮੁੱਖ ਮੰਤਰੀ ਨੂੰ ਥੋੜੀ ਜਿਹੀ ਲਿਆਗਤ ਹੋਣੀ ਚਾਹੀਦੀ ਹੈ। ਜੇ ਤੈਨੂੰ ਲੋਕਾਂ ਨੇ ਚੁਣ ਕੇ ਸੈਂਟਰ ਦੇ ਵਿੱਚ ਭੇਜਿਆ ਤਾਂ ਥੋੜੀ ਜਿਹੀ ਲਿਆਗਤ ਤਾਂ ਦੇਖ, ਕਿਵੇਂ ਕਿਸੇ ਨੂੰ ਬੋਲਣਾ? ਬੋਲਣ ਦੀ ਬਿਲਕੁਲ ਲਿਆਗਤ ਨਹੀਂ, ਤਾੜੀਆਂ ਮਾਰ ਮਾਰ ਕੇ ਗੱਲਾਂ ਕਰਦਾ ਜੀ, ਇਸ ਤਰ੍ਹਾਂ ਦੀ ਗੱਲ ਗਲਤ ਹੈ ਜੀ। ਇਸ਼ਤਿਹਾਰਬਾਜ਼ੀ ਨੂੰ ਕਿਵੇਂ ਦੇਖਦੇ ਹੋ? ਜਦੋਂ ਪਹਿਲਾਂ ਅਕਾਲੀ ਦਲ ਵੱਲੋਂ ਕਦੇ ਕੀਤੀ ਜਾਂਦੀ ਸੀ ਤਾਂ ਉਦੋਂ ਬੜਾ ਵਿਰੋਧ ਕੀਤਾ ਜਾਂਦਾ ਸੀ, ਹੁਣ ਵੀ ਜਗ੍ਹਾ ਜਗ੍ਹਾ ਬੋਰਡ ਲੱਗੇ ਹੋਏ? ਦੇਖੋ ਜੀ, ਉਦੋਂ ਤਾਂ ਕਹਿੰਦਾ ਸੀ ਵੀ ਬਾਦਲਾਂ ਦੀ ਤੇ ਕਾਂਗਰਸ ਦੇ ਪਤੀਲੇ ਤੇ ਵੀ ਫੋਟੋਆਂ ਲੱਗਦੀਆਂ ਨੇ, ਬੱਸਾਂ ਤੇ ਲੱਗਦੀਆਂ ਨੇ। ਹੁਣ ਉਹਨੂੰ ਪੁੱਛਣ ਵਾਲਾ ਹੋਵੇ, ਤੇਰੀਆਂ ਬੱਸਾਂ ਦੇ ਛੱਡ ਕੇ ਤੂੰ ਤਾਂ ਚੁੱਲ੍ਹਿਆਂ ਤਿੱਕਰ ਵੀ, ਤੰਦੂਰਾਂ ਦੇ ਵਿੱਚ ਵੀ ਤੇਰੀਆਂ ਫੋਟੋਆਂ ਲੱਗ ਗਈਆਂ, ਹੁਣ ਇਹਦੇ ਉੱਤੇ ਹੋਰ ਤੇਰਾ ਕੀ ਹੋਊਗਾ ਦੱਸੋ? ਬੋਰਡ ਦੇ ਜਿੰਨਾ, ਦੇਖੋ ਜੀ ਮੈਂ ਕਹਿੰਦੀ ਹਾਂ, ਵਿਕਾਸ ਵੱਲ ਬਿਲਕੁਲ ਨਹੀਂ ਗਿਆ, ਜਿੰਨੇ ਹਥਿਆਰ ਨੇ, ਜਿੰਨੇ ਬੋਰਡ ਨੇ, ਉਹਨੇ ਸੜਕਾਂ ਦੇ ਉੱਤੇ ਲਾ ਰਹੇ, ਕਰੋੜਾਂ ਦਾ ਵਾਂਗੂ ਖਰਚਾ ਕੀਤਾ ਉਹਨੇ। ਦੇਖੋ ਪੰਜਾਬ ਦਾ ਜੋ ਕਿ ਵਿਕਾਸ ਦਾ ਕੰਮ ਹੈ ਉਹ ਕਰਨਾ ਚਾਹੀਦਾ, ਜਿਹੜਾ ਇਹ ਕਰਦਾ ਕਦੀ ਕਿਤੇ ਲਾ ਦਿੰਦਾ ਜੀ ਪੋਸਟ, ਕਿਤੇ ਕਦੀ ਕਿਤੇ ਲਾ। ਸਾਡੇ ਦੇਖੋ ਜੀ, ਕੱਲ੍ਹ ਭਗਵੰਤ ਮਾਨ ਉੱਥੇ ਆਇਆ, ਅਸੀਂ ਸੰਗਰੂਰ ਜ਼ਿਲ੍ਹੇ ਤੋਂ ਆਏ ਹਾਂ, ਹਨਾ, ਉੱਥੇ ਤੁਸੀਂ ਇੰਜ ਦੇਖ ਲਓ ਵੀ ਸੜਕਾਂ ਦੇ ਉੱਤੇ ਬੁਰਾ ਹਾਲ ਪਿਆ, ਸਾਨੂੰ ਬੋਰਡ ਹੀ ਬੋਰਡ ਦੇਖ ਰਹੇ ਨੇ ਜੀ ਉੱਥੇ, ਹੋਰ ਤਾਂ ਕੀ ਹੈ ਜੀ, ਸਿਰਫ ਭਗਵੰਤ ਮਾਨ ਦੇ ਇਕੱਲੇ ਬੋਰਡ ਦੇਖ ਰਹੇ ਨੇ। ਹੁਣ ਪ੍ਰਦਰਸ਼ਨ ਹੈ ਤੁਹਾਡਾ, ਕਿੰਨੀ ਦੇਰ ਚੱਲੇਗਾ? ਜਿੰਨਾ ਚਿਰ ਸਾਡਾ ਹੁਕਮ ਹੋਇਆ ਜੀ, ਬੀਬੀ ਹਰਸਿਮਰ ਕੌਰ ਦਾ, ਬੀਬੀ ਹਰਗੋਬਿੰਦ ਜੀ ਦਾ, ਅਸੀਂ ਉਹਨਾਂ ਤੇ ਜਾਰੀ ਰੱਖਾਂਗੇ। ਮੇਰਾ ਬੇਅੰਤ ਕੌਰ ਖਹਿਰਾ, ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਰਨਾਲਾ ਤੋਂ ਹਾਂ ਜੀ। ਦੇਖੋ ਜੀ, ਸਾਡਾ ਅੱਜ ਇਸਤਰੀ ਸੰਮੇਲਨ ਹੈ, ਔਰਤਾਂ ਦਾ ਅੱਜ ਸਪੈਸ਼ਲ ਦਿਨ ਹੈ, ਤੇ ਪਰ ਸਾਨੂੰ ਦੁੱਖ ਹੈ ਇਸ ਸਰਕਾਰ ਤੋਂ, ਅਸੀਂ ਬਹੁਤ ਦੁਖੀ ਹੈ, ਇਸ ਕਰਕੇ ਅਸੀਂ ਜਿਹੜਾ ਅੱਜ ਰੋਸ ਦਾ ਪ੍ਰਗਟਾਵਾ ਇੱਥੇ ਕਰ ਰਹੇ ਹਾਂ। ਬੀਬੀਆਂ ਦੇ ਵਿੱਚ ਕਾਫੀ ਰੋਸ ਦੇਖਿਆ ਜਾ ਰਿਹਾ ਹੈ। ਦੇਖੋ, ਸਾਡੇ ਨਾਲ ਜਿਹੜੀਆਂ ਵੋਟਾਂ ਪਟੋਰੀਆਂ ਗਈਆਂ, 1,000 ਰੁਪਏ ਦਾ ਸਾਨੂੰ ਵਾਅਦਾ ਕੀਤਾ, ਹਰ ਇੱਕ ਔਰਤ ਤੋਂ ਵੋਟਾਂ ਲੈਤੀਆਂ ਗਈਆਂ, ਤੇ ਹੋਰ ਵੱਡੇ ਵੱਡੇ ਲਾਰੇ ਲਾਏ ਗਏ, ਜਾਂ ਕਿਸਾਨਾਂ ਦੀ ਗੱਲ ਕਰ ਲਓ, ਮਜ਼ਦੂਰਾਂ ਦੀ ਗੱਲ ਕਰ ਲਓ, ਖੇਤੀ ਵਰਗ ਦੀ ਗੱਲ ਕਰ ਲਓ, ਮੁਲਾਜ਼ਮਾਂ ਦੀ ਗੱਲ ਕਰ ਲਓ, ਅੱਜ ਹਰ ਵਰਗ ਇਹਨਾਂ ਤੋਂ ਦੁਖੀ ਹੈ। ਇਸ ਕਰਕੇ ਹਰ ਵਰਗ ਹੀ ਇਸ ਰੋਸ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹੈ। ਇਸ ਕਰਕੇ ਇਹ ਸਰਕਾਰ ਕਿਸੇ ਕੰਮ ਦੀ ਸਰਕਾਰ ਨਹੀਂ ਹੈਗੀ, ਇਨਕੰਮੀ ਸਰਕਾਰ ਆ, ਸਿਰਫ ਇੱਕ ਚੁਟਕਲੇ ਸੁਣਾਉਣ ਵਾਲੀ ਸਰਕਾਰ ਹੈ। ਚੁਟਕਲੇ ਨਾਲ ਮਨੋਰੰਜਨ ਤਾਂ ਹੋ ਸਕਦਾ ਪਰ ਵਿਕਾਸ ਨਹੀਂ ਹੋ ਸਕਦਾ। ਇਹੀ ਕੰਮ ਸਾਡਾ ਹਰ ਥਾਂ ਮੁੱਖ ਮੰਤਰੀ ਆ, ਸਾਨੂੰ ਸਮਝ ਨਹੀਂ ਆਉਂਦੀ, ਕਦੇ ਕਦੇ ਦੇਖਣ ਨੂੰ ਲੱਗਦਾ ਵੀ ਸਾਨੂੰ ਦੇਖ ਕੇ ਲੱਗਦੇ ਨਹੀਂ ਇਹ ਇੱਕ ਮੁੱਖ ਮੰਤਰੀ ਆ, ਮੁੱਖ ਮੰਤਰੀ ਵਾਲੀਆਂ ਗੱਲਾਂ ਹੀ ਨਹੀਂ ਕਰਦਾ ਗਾ। 1,000 ਰੁਪਏ ਦਾ ਵਾਅਦਾ ਕੀਤਾ ਸੀ ਬੀਬੀਆਂ ਦਾ, ਕਿਵੇਂ ਦੇਖਦੇ? ਨਹੀਂ ਦੇਖੋ, 1,000 ਵਾਅਦਾ ਕੀਤਾ ਸੀ ਹਰ ਇੱਕ, ਦੇਖੋ ਔਰਤਾਂ ਨੂੰ ਇਹ ਲੱਗਿਆ ਵੀ ਸ਼ਾਇਦ ਵੀ ਇਹ ਸਰਕਾਰ ਆ, ਕਿਉਂਕਿ ਦਿੱਲੀ ਦੇ ਵਿੱਚ ਪਤਾ ਨਹੀਂ ਇਹਨਾਂ ਨੇ ਕਿੰਨਾ ਕੁ ਵਿਕਾਸ ਕੀਤਾ, ਬਲਕਿ ਦਿੱਲੀ ਦੇ ਵਿੱਚ ਵੀ ਆਪਾਂ ਦੇਖਦੀ ਹਾਂ ਕੋਈ ਵਿਕਾਸ ਨਹੀਂ ਹੋਇਆ, ਕਿਸੇ ਤਰ੍ਹਾਂ ਦਾ ਡਿਵੈਲਪਮੈਂਟ ਨਹੀਂ ਹੋਈ। ਬੀਬੀਆਂ ਨੂੰ ਇਹ ਲੱਗਿਆ ਵੀ 1,000 ਰੁਪਇਆ ਦੇ ਦੇਣਗੇ, ਇਸ ਕਰਕੇ ਵੋਟਾਂ ਪਾਲੀਆਂ, ਬੀਬੀਆਂ ਨੂੰ ਗੁੰਮਰਾਹ ਕੀਤਾ ਗਿਆ। ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਸਾਡੀਆਂ ਬੀਬੀਆਂ ਨਾਲ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਕੀਤਾ ਜਾਵੇ। ਹਾਂਜੀ, ਨਹੀਂ ਬਿਲਕੁਲ ਜੀ ਬਿਲਕੁਲ, ਜਦੋਂ ਨਤੀਜਾ ਆਊਗਾ ਇਹਨਾਂ ਨੂੰ ਪਤਾ ਲੱਗ ਜੂਗਾ, ਇਹਨਾਂ ਨੂੰ ਬਿਲਕੁਲ ਹੀ ਹੁਣ ਵੋਟਾਂ ਨਹੀਂ ਪੈਣਗੀਆਂ, ਲੋਕ ਜਵਾਬ ਦੇਣ ਲਈ ਤਿਆਰ ਬੈਠੇ ਨੇ ਜੀ, ਇਸ ਗੱਲ ਦਾ ਜਵਾਬ ਜ਼ਰੂਰ ਮਿਲੂਗਾ ਜੀ। ਪਹਿਲਾਂ ਕਹਿੰਦੇ ਹੁੰਦੇ ਸੀ ਧਰਨਾ ਨਹੀਂ ਲੱਗਣ ਆਊਗਾ, ਤੇ ਹੁਣ ਕਹਿੰਦੇ ਇਹ ਕਿਸਾਨ ਜਗ੍ਹਾ ਦੇਖਦੇ ਆ, ਵਜ੍ਹਾ ਨਹੀਂ ਦੇਖਦੇ। ਦੇਖੋ ਜੀ, ਇਹ ਸਰਕਾਰ ਉਹ ਹੈ ਜਿਹੜੀ ਅੱਗੇ, ਦੇਖੋ ਕੋਈ ਵੀ ਸਰਕਾਰਾਂ ਰਹੀਆਂ, 70 ਸਾਲ ਸਰਕਾਰਾਂ ਰਹੀਆਂ, ਕਿਸੇ ਵੀ ਸਰਕਾਰ ਨੇ ਇੱਕ ਕਿਸੇ ਦੀ ਆਵਾਜ਼ ਬੰਦ ਨਹੀਂ ਕੀਤੀ, ਪਰ ਇਹ ਸਰਕਾਰ ਨੇ ਆਵਾਜ਼ ਬੰਦ ਕਰਤੀ ਹੈ, ਕਿਸੇ ਨੂੰ
ਰੋਸ ਹੀ ਨਹੀਂ ਕਰਨ ਦਿੰਦੇ, ਪਰਚੇ ਦਰਜ ਕਰਦੇ, ਅੱਜ ਕੱਲ ਕੋਈ ਬੋਲਣ ਨੂੰ ਤਿਆਰ ਹੀ ਨਹੀਂ ਗਾ। ਇਸ ਕਰਕੇ ਇਹ ਰੋਸ ਆ ਜਿਹੜਾ ਇਹ ਲੋਕ ਕਰ ਰਹੇ ਆ, ਪਰ ਨਹੀਂ ਪਰਚੇ ਹੋ ਰਹੇ ਸਾਡੇ ਨੌਜਵਾਨਾਂ ਤੇ, ਕੋਈ ਬੋਲਣ ਨੂੰ ਤਿਆਰ ਨਹੀਂ, ਕਿਉਂਕਿ ਸਿਰਫ ਸਾਡੀ ਆਵਾਜ਼ ਬੰਦ ਕਰਨ ਨਾਲ ਕੁਛ ਨਹੀਂ ਹੋਊਗਾ, ਇਹ ਸਾਡਾ ਰੋਸ ਆ ਜਿਹੜਾ ਇਸ ਤਰ੍ਹਾਂ ਹੀ ਜਾਰੀ ਰਹੂਗਾ। ਹੁਣ ਜਿਹੜਾ ਪ੍ਰਦਰਸ਼ਨ ਕਿੰਨੀ ਦੇਰ ਚੱਲੇਗਾ? ਨਹੀਂ ਚੱਲੇਗਾ ਜੀ, ਬਿਲਕੁਲ ਸਾਡਾ ਪ੍ਰਦਰਸ਼ਨ ਉਹਨਾਂ ਤੀਕਰ ਜਾਰੀ ਰਹੂਗਾ ਜਿੰਨਾ ਤੀਕਰ ਸਾਡੀਆਂ ਬੀਬੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੇ। ਸਿਰਫ ਇਹ ਅੱਜ ਦਾ ਦਿਨ ਨਹੀਂ ਵੀ ਅੱਜ ਦਾ ਦਿਨ ਬੀਬੀਆਂ ਲਈ ਸਪੈਸ਼ਲ ਤਾਂ ਕਰ ਰਹੇ ਹਾਂ, ਨਹੀਂ, ਇਹ ਸਾਡਾ ਰੋਸ ਇਸ ਤਰ੍ਹਾਂ ਹੀ ਜਾਰੀ ਰਹੂਗਾ ਜਿੰਨਾ ਤੀਕਰ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੁੰਦੀਆਂ। ਮੈਂ 13 ਨੰਬਰ ਵਾਰਡ ਤੋਂ ਜੀ ਸੁਖਵਿੰਦਰ ਕੌਰ ਸੁੱਖੀ, ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ। ਮਸਲਾ ਇਹ ਹੈ ਜੀ ਵੀ ਜਿਹੜਾ ਆਪਣੀ ਚੱਲ ਰਹੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ, ਸੀਐਮ ਸਾਹਿਬ ਨੇ ਆਪਣੀਆਂ ਇਹਨਾਂ ਭੋਲਾ ਭਾਲੀ ਲੇਡੀਜ਼ ਨੂੰ ਇੱਕ ਲਾਰਾ ਜਿਹਾ ਲਾਇਆ ਸੀ ਛੋਟਾ ਜਿਹਾ, ਉਹ ਕਹਿੰਦੇ ਸੀਗੇ ਤੁਹਾਨੂੰ 1000 ਰੁਪਇਆ ਮਹੀਨਾ ਜਿਹਦੇ ਸਿਰ 'ਤੇ ਉਹ ਆਪਣੀ ਸਰਕਾਰ ਬਣਵਾ ਗਏ, ਠੀਕ ਹੈ ਨਾ ਜੀ। ਐਤਕੀ ਤੀਜਾ ਬਜਟ ਹੁਣ ਪਰਸੋਂ ਹੋਇਆ ਗਾ, ਉਹਦੇ ਵਿੱਚ ਵੀ ਇਸ ਗੱਲ ਦਾ ਕੋਈ ਵੇਰਵਾ ਨਹੀਂ ਹੈਗਾ ਜਾਂ ਕੁਛ ਵੀ ਇਹਦੇ ਬਾਰੇ ਕਿਹਾ ਨਹੀਂ ਗਿਆ ਹੈਗਾ। ਅਸੀਂ ਆਪਦੀ ਇੱਥੇ ਇਹੀ ਮੰਗ ਰੱਖਣ ਆਏ ਹਾਂ ਕਿ ਕਮ ਸੇ ਕਮ ਜੋ 1000 ਰੁਪਇਆ ਮਹੀਨਾ ਤੁਸੀਂ ਲੇਡੀਜ਼ ਨੂੰ ਕਿਹਾ ਸੀ ਉਹ ਤਾਂ ਦਿੱਤਾ ਜਾਵੇ, ਔਰ ਇੱਕ ਜਿਹੜੇ ਕੱਟੇ ਹੋਏ ਰਾਸ਼ਨ ਕਾਰਡ ਸੀਗੇ ਉਹਨਾਂ ਨੇ ਸਾਨੂੰ ਪਿਛਲੇ ਮਹੀਨੇ ਪੋਦੇ ਮਹੀਨੇ ਇੱਕ ਰੈਲੀ ਕੀਤੀ ਸੀ, ਅਸੀਂ ਇਸੇ ਤਰ੍ਹਾਂ ਇੱਕ ਧਰਨਾ ਦਿੱਤਾ ਸੀਗਾ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਜਿਹੜੇ 25-30 ਹਜ਼ਾਰ ਕਾਰਡ ਆ ਬਠਿੰਡੇ ਦੇ ਕੱਟੇ ਗਏ ਨੇ ਉਹ ਬਹਾਲ ਕੀਤੇ ਜਾਣਗੇ। ਹਜੇ ਤੱਕ ਉਹਦੇ 'ਤੇ ਵੀ ਕੋਈ ਉਹਨਾਂ ਨੇ ਕਮੈਂਟਮੈਂਟ ਜਾਂ ਟਿੱਪਣੀ ਜਾਂ ਪੂਰਤੀ ਨਹੀਂ ਕੀਤੀ ਉਸ ਗੱਲ ਦੀ। ਹਾਂਜੀ, ਇਸੇ ਕਰਕੇ ਤਾਂ ਵੂਮੈਨ ਡੇ ਦੇ ਉੱਤੇ ਅਸੀਂ ਇਹ ਕੰਮ ਕੀਤਾ ਤਾਂ ਕਿ ਅਸੀਂ ਇੱਥੇ ਆਪਣੀ ਸਟਰੈਂਥ ਦਿਖਾ ਕੇ ਅਸੀਂ ਆਪਦੀ ਯੂਨਿਟੀ ਦਿਖਾਉਣਾ ਚਾਹੁੰਦੇ ਹਾਂ, ਔਰ ਇਹ ਵੀ ਦਿਖਾਉਣਾ ਚਾਹੁੰਦੇ ਹਾਂ ਕਿ ਇਸਤਰੀਆਂ ਦੇ ਵਿੱਚ ਕਿੰਨੀ ਤਾਕਤ ਅਤੇ ਸ਼ਕਤੀ ਹੁੰਦੀ ਹੈ ਅਤੇ ਉਹ ਆਪਣੇ ਸਿਸਟਮ ਦੇ ਵਿੱਚ ਆਪਣੀਆਂ ਮੰਗਾਂ ਨੂੰ ਕਿਸ ਤਰ੍ਹਾਂ ਮਨਵਾ ਸਕਦੇ। ਮੇਰਾ ਨਾਮ ਰਮਿੰਦਰ ਕੌਰ ਹੈ ਜੀ, ਮੈਂ ਧੋਬੀਆਣਾ ਬਸਤੀ ਦੇ ਰਹਿਣ ਵਾਲੀ ਹਾਂ, ਅਤੇ ਆਪਾਂ ਤਾਂ ਬਸ ਇਹ ਸਰਕਾਰ ਵਾਸਤੇ ਇਹ ਇੱਕ ਰਿਕੁਐਸਟ ਵੀ ਕਰਨ ਆਏ ਹਾਂ, ਔਰ ਮੰਗਾਂ ਵੀ ਆਪਣੀਆਂ ਹੈਗੀਆਂ ਜਿਹੜੀਆਂ ਕਿ ਆਪਣੇ ਗਰੀਬ ਲੋਕਾਂ ਨੂੰ ਕੋਈ ਸਹੂਲਤ ਵੀ ਨਹੀਂ ਮਿਲ ਰਹੀ, ਔਰ ਨੌਕਰੀਆਂ ਪੇਸ਼ੇ ਤਾਂ ਵੱਖਰੀ ਗੱਲ ਹੈ, ਇਹ ਵੀ ਆਪਾਂ ਨੂੰ ਪਤਾ ਵੀ ਕਿਸੇ ਦੀ ਕੋਈ ਕੁਆਲੀਫਿਕੇਸ਼ਨ ਜਾਂ ਕੋਈ ਵੀ ਕੀਮਤ ਨਹੀਂ ਪੈ ਰਹੀ। ਬਾਕੀ ਦੂਜੀ ਗੱਲ ਮਹਿੰਗਾਈ ਪੱਤਰ ਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਆਪਾਂ ਸਾਰੇ ਇਸ ਚੀਜ਼ ਤੋਂ ਤੰਗ ਆ ਚੁੱਕੇ ਹਾਂ। ਇਹ ਇੱਕ ਇਹੋ ਜਿਹੀ ਸਰਕਾਰ ਆਈ ਹੈ ਕਿ ਜਿਹੜੀ ਸਰਕਾਰ ਨਹੀਂ ਮੰਨੀ ਜਾ ਸਕਦੀ, ਸਰਕਾਰ ਤਾਂ ਉਹੀ ਹੁੰਦੀ ਆ ਕਿ ਜਿਹਦੀ ਕਿਸੇ ਦੇ ਹੱਥ 'ਚ ਪਾਵਰ ਹੋਵੇ। ਇਹਨਾਂ ਨੇ ਸੈਲਫ ਡਿਪੈਂਡ ਕਰਤਾ ਲੋਕਾਂ ਨੂੰ, ਆਪਣਾ ਆਪ ਸੰਭਾਲੋ, ਉਹ ਆਪਣਾ ਸੰਭਾਲਣ ਵਾਸਤੇ ਕੁਛ ਸਾਡੇ ਕੋਲੇ ਹੈ ਨਹੀਂ, ਸੰਭਾਲੀਏ ਕਾਹਦੇ ਨਾਲ, ਜੇ ਸਾਨੂੰ ਸਰਕਾਰਾਂ ਕੁਛ ਦੇਣ ਤਾਂ ਹੀ ਤਾਂ ਅਸੀਂ ਸੰਭਾਲ ਸਕਦੇ ਹਾਂ। ਤੇ ਮੇਨ ਗੱਲ ਇਹ ਆ ਬੱਚੇ ਇੰਨੇ ਐਜੂਕੇਟਡ ਜਿਹੜੇ ਬੇਰੁਜ਼ਗਾਰ ਫਿਰਦੇ ਆ, ਤੇ ਮਾਂ ਬਾਪ ਉਹਨਾਂ ਦੇ ਅੱਜ ਬਿਰਧ ਹੋ ਚੁੱਕੇ ਆ ਜਿਨ੍ਹਾਂ ਨੂੰ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਾਂ ਆ ਚੁੱਕੀਆਂ। ਉਹਨਾਂ ਨੇ ਕੀ ਕੀਤਾ, ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਵੀ ਅਸੀਂ ਇਹਨਾਂ ਨੂੰ ਨੌਕਰੀ ਦੇ ਕਾਬਲ ਕਰੀਏ, ਇਹਨਾਂ ਨੂੰ ਮਿਲਣ, ਲੇਕਿਨ ਉਹ ਨਹੀਂ ਹੋ ਰਿਹਾ। ਪਤਾ ਨਹੀਂ ਤਾਂ ਕਿਤੇ ਰਿਸ਼ਵਤ ਚੱਲਦੀ ਹੈ ਜਾਂ ਫਿਰ ਕੋਈ ਭਾਈਬੰਦੀ ਕੀਤੀ ਜਾਂਦੀ ਹੈ। ਜਿਹੜੀਆਂ ਅਨੁਸੂਚਿਤ ਜਾਤੀਆਂ ਇਹਨਾਂ ਵਾਸਤੇ ਕੁਛ ਵੀ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਪਹਿਲਾਂ ਸਾਡੇ ਲੋਕਾਂ ਨੂੰ ਦਿੱਤਾ ਜਾਂਦਾ ਸੀ ਹੱਕ, ਪਰ ਅੱਜ ਸਾਡੇ ਲੋਕਾਂ ਨੂੰ ਕੋਈ ਹੱਕ ਨਹੀਂ ਮਿਲ ਰਿਹਾ। ਮੈਂ ਆਪਣੀ ਪ੍ਰੇਜ ਨਹੀਂ ਕਰਦੀ ਕਿ ਮੇਰੇ ਵੈਲ ਐਜੂਕੇਟਡ ਬੱਚੇ ਹੈ ਜਿਹੜੇ ਅੱਜ ਵੀ ਬੇਰੁਜ਼ਗਾਰ ਹੈ। ਮੇਰਾ ਨਾਮ ਜਸਵੀਰ ਕੌਰ ਹੈ ਜੀ। ਅਸੀਂ ਜੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਜੋ ਸਾਨੂੰ ਝੂਠੀਆਂ ਤਸੱਲੀਆਂ ਦਿੱਤੀਆਂ ਸੀ ਭਗਵੰਤ ਮਾਨ ਜੀ ਨੇ, ਉਹ ਜੋ 1000 ਰੁਪਏ ਦਾ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਨਿਭਾਇਆ ਜਾਵੇ, ਸਾਨੂੰ ਮਿਲਣਾ ਚਾਹੀਦਾ। ਸਾਡੀ ਕੋਈ ਮੰਗ ਨਹੀਂ ਪੂਰੀ ਕੀਤੀ ਗਈ। ਜੋ ਮੇਰਾ ਪਿੰਡ ਮਹਿਮਾ ਭਗਵਾਨਾ ਗੜਿਆਂ ਦੀ ਲਪੇਟ ਵਿੱਚ ਆਇਆ ਉਹ ਸਾਡੀ ਗੱਲ ਸੁਣੀ ਜਾਵੇ, ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਜੋ ਮੇਰਾ ਗਰੀਬ ਪਰਿਵਾਰ ਆ ਜਾਂ ਕੋਈ ਜ਼ਿਮੀਂਦਾਰ ਭਾਈਚਾਰਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਧੰਨਵਾਦ ਜੀ। ਸੁਖਪ੍ਰੀਤ ਹੈ ਜੀ।
ਮੈਂ ਇਹੀ ਕਹਿਣਾ ਚਾਹੁੰਦੀ ਹਾਂ ਜੀ, ਜਿਹੜੇ ਵੀ ਆ ਨੁਕਸਾਨ ਹੋਇਆ ਗਾ ਕਣਕਾਂ ਦਾ ਘਰਾਂ ਦਾ, ਇਹ ਆਉਣਾ ਚਾਹੀਦਾ ਜੀ। ਤੇ ਸਾਡਾ ਜੀ ਘਰ ਹੈ ਨੀ ਗਾ ਜੀ, ਮੇਰੇ ਘਰ ਵਾਲਾ ਨਸ਼ੇ ਪੱਤੇ ਕਰਦਾ ਗਾ, ਮੈਂ ਮਜ਼ਦੂਰੀ ਕਰਕੇ ਆਪਦੇ ਬੱਚੇ ਪਾਲਦੀ ਹਾਂ, ਤੇ ਮੈਨੂੰ ਛੇਤੀ ਤੋਂ ਛੇਤੀ ਘਰ ਮਿਲਣਾ ਚਾਹੀਦਾ ਜੀ।